ਸਤਿਗੁਰੂ ਜਗਜੀਤ ਸਿੰਘ ਜੀ ਦੀ ਪਾਵਨ ਯਾਦ ਵਿੱਚ ਸੰਗੀਤ ਸੰਮੇਲਨ 'ਤੇ ਇਕੱਤਰ ਹੋਏ ਹਾਂ। ਤੁਹਾਨੂੰ ਸਾਨੂੰ ਸਾਰਿਆਂ ਨੂੰ ਹੁਣ ਉਸ ਧੁੰਨ ਦੀ ਉਡੀਕ ਹੈ, ਉਹ ਇਲਾਹੀ ਸੰਗੀਤ ਦੀ ਉਡੀਕ ਹੈ ਜਿਹੜਾ ਸਤਿਗੁਰੂ ਜੀ ਦੀ ਯਾਦ ਵਿੱਚ ਇੱਥੇ ਵੱਖੋ ਵੱਖਰੇ ਕਲਾਕਾਰਾਂ ਨੇ ਆਪਣੀ ਸ਼ਰਧਾ ਵਜੋਂ ਭੇਟ ਕਰਨਾ। ਸ਼ੁਰੂਆਤ ਕੀਤੀ ਜਾ ਰਹੀ ਹੈ ਨਵੇਂ ਉੱਭਰਦੇ ਕਲਾਕਾਰਾਂ ਤੋਂ, ਬਾਲ ਕਲਾਕਾਰਾਂ ਤੋਂ। ਸ਼੍ਰੀ ਵਿਨਾਇਕ ਸਹਾਏ ਜੀ ਸਾਰੰਗੀ ਵਾਦਨ ਕਰਨਗੇ। ਸਾਰੰਗੀ, ਜਿਸ ਨੂੰ ਸੌ ਰੰਗੀ ਵੀ ਆਖਿਆ ਜਾਂਦਾ ਹੈ, ਸੰਗੀਤ ਦੇ ਸੈਂਕੜੇ ਰੰਗ ਨੇ ਇਸ ਵਿੱਚ। ਸਾਰੰਗੀ ਨੂੰ ਮਨੁੱਖੀ ਆਵਾਜ਼ ਦੇ ਸਭ ਤੋਂ ਨੇੜੇ ਸਮਝਿਆ ਜਾਂਦਾ ਹੈ। ਇਹ ਤਾਰ ਦੇ ਸਾਜ਼ ਸਾਡੇ ਗੁਰਮਤਿ ਸੰਗੀਤ ਦੇ ਸਾਜ਼ ਨੇ। ਸਤਿਗੁਰੂ ਜਗਜੀਤ ਸਿੰਘ ਜੀ ਦੇ ਨਿਵਾਜੇ ਪ੍ਰਭੂ ਸਹਾਏ ਜੀ ਇੱਥੇ ਸਾਰੰਗੀ ਸਿਖਾਉਂਦੇ ਸਨ। ਕਾਰਨ ਵਸ ਉਹਨਾਂ ਦਾ ਦੇਹਾਂਤ ਹੋ ਗਿਆ ਜਦੋਂ ਆਪਣੇ ਬਨਾਰਸ ਗਏ ਵਾਪਸ। ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਨੇ ਉਹਨਾਂ ਦੇ ਪਰਿਵਾਰ ਦਾ ਪਤਾ ਕੀਤਾ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਨੇ ਇਸ ਪਰਿਵਾਰ ਨੂੰ, ਸਾਰੇ ਪਰਿਵਾਰ ਨੂੰ ਹੀ ਇੱਥੇ ਸ੍ਰੀ ਭੈਣੀ ਸਾਹਿਬ ਲੈਣ ਦਾ, ਇਹਨਾਂ ਦੇ ਮਾਤਾ ਪਿਤਾ ਵੀ ਇੱਥੇ ਨੇ। ਪ੍ਰਭੂ ਸਹਾਏ ਜੀ ਦੇ ਦੋਵੇਂ ਬੇਟੇ, ਇੱਕ ਤਬਲਾ ਵਜਾਉਂਦੇ ਨੇ ਇੱਕ ਸਾਰੰਗੀ, ਇਹ ਵੀ ਇੱਥੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਰਹਿੰਦੇ ਨੇ। ਵਿਨਾਇਕ ਸਹਾਏ ਸਾਰੰਗੀ ਦੀ ਤਾਲੀਮ ਇਹਨਾਂ ਨੇ ਆਪਣੇ ਦਾਦਾ ਗੁਰੂ ਪੰਡਿਤ ਵਿੱਦਿਆ ਸਹਾਏ ਜੀ ਤੋਂ ਪ੍ਰਾਪਤ ਕੀਤੀ। ਆਪ ਦੇ ਪਿਤਾ ਸਵਰਗੀ ਪ੍ਰਭੂ ਸਹਾਏ ਜੀ ਬਨਾਰਸ ਦੇ ਮਸ਼ਹੂਰ ਸਾਰੰਗੀ ਵਾਦਕ ਪੰਡਿਤ ਹਨੂਮਾਨ ਮਿਸ਼ਰਾ ਜੀ ਦੇ ਸ਼ਾਗਿਰਦ ਸਨ। ਨਾਮਧਰੀ ਕਲਾ ਕੇਂਦਰ ਸ੍ਰੀ ਭੈਣੀ ਸਾਹਿਬ ਵਿਖੇ ਉਹ ਸਾਰੰਗੀ ਦੀ ਤਾਲੀਮ ਦਿਆ ਕਰਦੇ ਸਨ। ਇਸ ਨਵੇਂ ਉੱਭਰਦੇ ਕਲਾਕਾਰ ਬਾਲਕ ਨੇ 9 ਸਾਲ ਦੀ ਉਮਰ ਤੋਂ ਸ੍ਰੀ ਭੈਣੀ ਸਾਹਿਬ ਵਿਖੇ ਸਾਰੰਗੀ ਵਾਦਨ ਸਿੱਖਣਾ ਸ਼ੁਰੂ ਕੀਤਾ। ਸਤਿਗੁਰੂ ਜੀ ਦੀ ਕਿਰਪਾ ਨਾਲ ਇਹ ਵੱਡੀਆਂ ਪਲਾਂਘਾਂ ਸੰਗੀਤ ਦੇ ਖੇਤਰ ਵਿੱਚ ਨਵੀਆਂ ਮੱਲਾਂ ਮਾਰ ਰਿਹਾ। ਇਹਨਾਂ ਦੇ ਨਾਲ ਤਬਲੇ 'ਤੇ ਕਾਕਾ ਹਰਨਾਮ ਸਿੰਘ ਜੀ। ਕਾਕਾ ਹਰਨਾਮ ਸਿੰਘ ਵੀ, ਸ੍ਰੀ ਭੈਣੀ ਸਾਹਿਬ ਵੀ ਇੱਥੇ ਰਹਿੰਦੇ ਨੇ, ਇਹਨਾਂ ਦੇ ਪਿਤਾ ਸ੍ਰੀ ਹਰਪ੍ਰੀਤ ਸਿੰਘ ਜੀ ਤਬਲਾ ਵਾਦਕ, ਉਹਨਾਂ ਦਾ ਵੀ ਅਸੀਂ ਅਗਲੇ ਪ੍ਰੋਗਰਾਮਾਂ ਵਿੱਚ ਤਬਲਾ ਵਾਦਨ ਸੁਣਾਂਗੇ। ਤਬਲੇ 'ਤੇ ਸੰਗਤ ਕਰਨਗੇ ਕਾਕਾ ਹਰਨਾਮ ਸਿੰਘ, ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ, ਉਹਨਾਂ ਦੇ ਆਸ਼ੀਰਵਾਦ ਨਾਲ ਸੰਗੀਤ ਦੀ ਤਾਲੀਮ ਹਾਸਲ ਕਰ ਰਹੇ ਨੇ। ਹੁਣ ਪ੍ਰੋਗਰਾਮ ਸ਼ੁਰੂ ਕਰਨ ਵਿੱਚ ਅਤੇ ਤੁਹਾਡੇ ਵਿੱਚ ਮੈਂ ਬਹੁਤਾ ਚਿਰ ਨਾ ਰਹਿੰਦਾ ਹੋਇਆ, ਮੈਂ ਬੇਨਤੀ ਕਰਦਾ ਹਾਂ ਬੜੇ ਹੀ ਸਤਿਕਾਰ ਨਾਲ, ਇਹ ਸਾਡੇ ਨਵ ਉੱਭਰ ਦੇ ਕਲਾਕਾਰ ਆਪਣਾ ਸਾਰੰਗੀ ਵਾਦਨ ਅਤੇ ਨਾਲ ਤਬਲੇ ਦੀ ਸੰਗਤ ਆਪਣੀ ਕਲਾ ਦਾ ਫਨ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ। ਰਾਗ ਪੁਰੀਆ ਧਨਾਸ਼੍ਰੀ। Oh.
Oh,
ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਕਲਾਕਾਰਾਂ ਨੂੰ ਆਸ਼ੀਰਵਾਦ ਸਰੋਪਾ ਬਖਸ਼ ਕੇ ਨਿਵਾਜ ਰਹੇ ਨੇ। ਸ੍ਰੀ ਵਿਨਾਇਕ ਸਹਾਏ ਜੀ ਸਤਿਗੁਰੂ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।